ਅਸ ਵੇਲੇ ਸਿੱਖ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਕੱਲ ਕੈਸਲ ਦੇ ਵਿੱਚ ਹਰਿਆਣਾ ਸਰਕਾਰ ਨੇ ਭੁਪਿੰਦਰ ਸਿੰਘ ਖੂੜਾ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਇੱਕ ਹਰਿਆਣਾ ਦੇ ਸਿੱਖਾਂ ਵਾਸਤੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕੀਤਾ ਇਹ ਹੁਣ ਮਸਲਾ 11 ਤਰੀਕ ਨੂੰ ਹਰਿਆਣਾ ਵਿਧਾਨ ਸਭਾ ਦੇ ਸਾਹਮਣੇ ਆਊਗਾ ਉਸ ਤੋਂ ਬਾਅਦ ਇੱਕ ਤਰੀਕੇ ਦੀ ਲੀਗਲ ਜਿਹੜੀ ਹੁੰਦੀ ਹੈ ਨਾ ਟੈਕਨੀਕੀ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਉਹ ਬਾਕੀ ਰਹਿ ਜਾਣੀ ਆ ਕੁਝ ਲੋਕੀ ਕਹਿ ਰਹੇ ਆ ਕਿ ਸ਼ਾਇਦ ਇਹ ਪਾਰਲੀਮੈਂਟ ਕੋ ਜਾਣਾ ਚਾਹੀਦਾ ਵਾ ਹਰਿਆਣਾ ਸਰਕਾਰ ਕਹਿ ਰਹੀ ਹੈ ਕਿ ਹਰਿਆਣਾ ਦੀ ਵਿਧਾਨ ਸਭਾ ਜਿਹੜੀ ਆ ਉਹ ਹੀ ਆਪ ਫੁਲੀ ਅਥੋਰਾਈਜ਼ਡ ਆ ਇੱਕ ਨਵੀਂ ਕਮੇਟੀ ਬਣਾਉਣ ਵਾਸਤੇ ਪਰ ਸਵਾਲ ਇੱਥੇ ਇਹ ਉੱਠਦਾ ਵਾ ਕਿ ਇੱਥੋਂ ਤੱਕ ਗੱਲ ਆਈ ਕਿਉਂ ਇਹ ਗੱਲ ਇੱਥੇ ਤੱਕ ਪਹੁੰਚੀ ਕਿਉਂ ਕਾਫੀ ਲੋਕੀ ਮੰਨਦੇ ਆ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਐਸਜੀਪੀਸੀ ਜਿਹਦੇ ਹੈੱਡਕ quarters ਅੰਮ੍ਰਿਤਸਰ ਦੇ ਵਿੱਚ ਨੇ ਉਹ ਸਿੱਖਾਂ ਦੀ ਇੱਕ ਮਿਨੀ ਪਾਰਲੀਮੈਂਟ ਹੈ। ਕੀ ਵਾਕਈ ਇਹ ਮਿਨੀ ਪਾਰਲੀਮੈਂਟ ਹੈ ਸਿੱਖਾਂ ਦੀ? ਅ ਮੇਰੇ ਖਿਆਲ ਨਾਲ ਕਿਉਂਕਿ ਐਸ்சிਪੀਸੀ ਥੱਲੇ ਸਿਰਫ ਤਿੰਨ ਰਾਜਾਂ ਦੇ ਗੁਰਦੁਆਰੇ ਹੈਗੇ ਆ ਪੰਜਾਬ, ਹਰਿਆਣਾ ਤੇ ਹਿਮਾਚਲ। ਸੋ ਇਹ ਠੀਕ ਆ ਕਿ ਇਹਦੇ ਵਿੱਚ ਕੋਈ ਬਹੁਤ ਆਪਣੇ ਜਿਹੜੇ ਇਤਿਹਾਸਿਕ ਗੁਰਦੁਾਰੇ ਆ ਇਨਫੈਕਟ ਜਿਹੜਾ ਸੈਂਕਟੋ ਸੈਂਕਟੋਰੋ ਮੇ ਜਿਹੜਾ ਹਰਮੰਦਰ ਸਾਹਿਬ ਉਹ ਵੀ ਉੱਥੇ ਆ, ਸ੍ਰੀ ਅਨੰਦਪੁਰ ਸਾਹਿਬ ਦਾ ਗੁਰਦੁਆਰਾ ਵੀ ਉਹਦੇ ਵਿੱਚ ਆ। ਸੋ ਇਸ ਕਰਕੇ ਇਹ ਬਿਲਕੁਲ ਠੀਕ ਹੈ ਕਿ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਮਹੱਤਵਪੂਰਨ ਸਥਾਪਨਾ ਇੱਕ ਆਰਗੇਨਾਈਜੇਸ਼ਨ ਹੈ ਲੇਕਿਨ ਪੁਆਇੰਟ ਇਹ ਹੈਗਾ ਕਿ ਕੀ ਇਹ ਸਾਰੇ 6 ਨੂੰ ਸਾਰੇ ਜਿਹੜੇ ਇਤਿਹਾਸਿਕ ਗੁਰਦੁਆਰਿਆਂ ਨੂੰ ਰਿਪਰੈਜ਼ੈਂਟ ਕਰਦੀ ਹੈ ਨਹੀਂ ਪਟਨਾ ਸਾਹਿਬ ਹਜ਼ੂਰ ਸਾਹਿਬ ਜਿਨ੍ਹਾਂ ਨੇ ਆਪਣੇ ਦਸ਼ਵੇਂ ਪਾਤਸ਼ਾਹ ਦੀ ਜੀਵਨੀ ਜੁੜੀ ਹੈ ਉਸ ਤੋਂ ਬਾਅਦ ਜਿਹੜੇ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਪੰਜਾ ਸਾਹਿਬ ਦੀ ਗੁਰਦੁਆਰਾ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠ ਹੈ ਪੰਜਾਬ ਜਿਹੜਾ ਪਟਨਾ ਸਾਹਿਬ ਔਰ ਹਜ਼ੂਰ ਸਾਹਿਬ ਇਹ ਇਹਨਾਂ ਦੇ ਆਪਣੇ ਵੱਖਰੇ ਬੋਰਡ ਔਰ ਮੈਨੇਜਮੈਂਟਸ ਨੇ ਸੋ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਆਂ ਕਿ ਜੇ ਉਹਨੂੰ ਆਪ ਆਲ ਇੰਡੀਆ ਬੋਡੀ ਮੰਗੇ ਤੇ ਆਲ ਇੰਡੀਆ ਬੋਡੀ ਇਹ ਨਹੀਂ ਹੈ ਔਰ ਜੇ ਹੁਣ ਗੁਰਦੁਆਰਾ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੈਪਰੇਟ ਬਣ ਜਾਂਦੀ ਆ ਤੇ ਇਹਦੇ ਨਾਲ ਇਹ ਕੋਈ ਸ਼ੱਕ ਨਹੀਂ ਕਿ ਐਸਸੀਪੀਸੀ ਹੋਰ ਕਮਜ਼ੋਰ ਹੋ ਪਰ ਇੱਥੋਂ ਤੱਕ ਇਹ ਨੋਬਤ ਆਈ ਕਿਉਂ ਇਹ ਨੋਬਤ ਇਸ ਕਰਕੇ ਇੱਥੋਂ ਤੱਕ ਆਈ ਕਿਉਂਕਿ ਬਹੁਤ ਸਾਲਾਂ ਦੀ 1930 ਤੋਂ ਲੈ ਕੇ ਹੁਣ ਤੱਕ ਇੱਕ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਕੀਤੀ ਜਾ ਰਹੀ ਹੈ ਇੱਕ ਆਲ ਇੰਡੀਆ ਬੋਡੀ ਦੀ ਮੰਗ ਕੀਤੀ ਜਾ ਰਹੀ ਹੈ ਪਿਛਲੇ 30 35 ਸਾਲਾਂ ਦੇ ਵਿੱਚ ਦੋ ਕਮੇਟੀਆਂ ਵੀ ਬਣੀਆਂ ਜਸਟਿਸ ਹਰਪੰਸ ਸਿੰਘ ਕਮੇਟੀ ਔਰ ਉਹਦੀ ਕਮੇਟੀ ਦੀ ਰਿਪੋਰਟ ਨੂੰ ਉਸ ਤੋਂ ਬਾਅਦ ਜਸਟਿਸ ਟਮਾਣਾ ਕਮੇਟੀ ਨੇ ਫਿਰ ਉਹਨੂੰ ਰਿਵਾਈਜ਼ ਕੀਤਾ ਪਰ ਫਿਰ ਵੀ ਅੱਜ ਤੱਕ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣੀ 올 인디아 구르드와라 바디 ਨਹੀਂ ਬਣੀ ਸੋ ਇਸੇ ਕਰਕੇ ਇਹ ਵੱਖਰੀਆਂ ਵੱਖਰੀਆਂ ਜਿਹੜੀਆਂ ਡਿਮਾਂਡਸ ਆ ਵੱਖਣੇ ਫਿਰ ਰਾਜਾਂ ਤੋਂ ਡਿਮਾਂਡਸ ਉੱਠੀਆਂ ਅੱਜ ਹਰਿਆਣਾ ਤੋਂ ਉੱਠੀ ਐ ਕੱਲ ਨੂੰ ਹਿਮਾਚਲ ਦੇ ਸਿੱਖਾਂ ਤੋਂ ਵੀ ਇੱਕ ਡਿਮਾਂਡ ਵੱਖਰੀ ਮਿੱਟੀ ਦੀ ਡਿਮਾਂਡ ਉੱਠ ਸਕਦੀ ਐ ਸੋ ਇਸ ਸਭ ਦਾ ਇਲਾਜ ਇਹ ਹੈ ਕਿ 올 ਇੰਡੀਆ ਗੁਰਦੁਆਰਾ ਐਕਟ ਬਣੇ 올 ਇੰਡੀਆ ਗੁਰਦੁਆਰਾ ਬੋਡੀ ਬਣੇ ਔਰ ਉਹਦੇ ਅਧੀਨ ਉਹਦੇ ਹੇਠ ਵੱਖਰੀਆਂ ਵੱਖਰੀਆਂ ਰਾਜਾਂ ਦੇ ਵਿੱਚ ਆਟੋਨਮਸ ਬਾਡੀਜ਼ ਹੋਣ ਇਹ ਹੁਣ ਤੱਕ ਕਿਉਂ ਨਹੀਂ ਹੋਇਆ ਇਹਦੇ ਵਾਸਤੇ ਸਾਰੇ ਜਿਹੜੇ ਸਿਆਸੀ ਲੀਡਰ ਆ ਸਿੱਖ ਸਿਆਸੀ ਲੀਡਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਉਹ ਜ਼ਿੰਮੇਵਾਰ ਨੇ ਕਿਉਂਕਿ ਉਹਨਾਂ ਨੇ ਇੱਕ 올 ਇੰਡੀਆ ਗੁਰਦੁਆਰਾ ਐਕਟ ਵਾਸਤੇ ਜਿਹੋ ਜਿਹਾਂ ਤੱਕਾ ਮਾਰਨਾ ਚਾਹੀਦਾ ਸੀ ਉਹ ਹੁਣ ਤੱਕ ਨਹੀਂ ਮਾਰਿਆ ਸੋ ਜੇ ਆਪਾਂ ਵੱਖਰੀਆਂ ਵੱਖਰੀਆਂ ਕਮੇਟੀਆਂ ਤੋਂ ਬਚਾਅ ਕਰਨਾ ਵਾ ਤੇ ਹੁਣ ਵੀ ਇਹਦਾ ਲਾਜ ਇਹੋਈ ਆ ਕਿ ਇੱਕ ਛੇਤੀ ਤੋਂ ਛੇਤੀ ਇੱਕ 올 ਇੰਡੀਆ ਐਕਟ ਬਣੇ ਇੱਕ 올 ਇੰਡੀਆ ਬਾਡੀ ਬਣੇ ਔਰ ਜੋ ਮੈਂ ਕਿਹਾ ਉਹਦੇ ਹੇਠ ਆਟੋਨਮਸ ਸਟੇਟ ਬਾਡੀਜ਼ ਬਣੇ